ਹਾਂਜੀ ਵੀਰੋ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇੱਕ ਜ਼ਰੂਰੀ ਬੇਨਤੀ ਕਰਨ ਲੱਗਿਆ ਗਾ ਵੀਰੋ, ਕਿਸਾਨ ਭਰਾਵਾਂ ਨੂੰ, ਕਿਸਾਨ ਨੌਜਵਾਨ ਵੀਰਾਂ ਨੂੰ, ਜੋ ਕਿ ਕੱਲ੍ਹ ਨੂੰ 25 ਤਰੀਕ ਦਾ ਗਾ ਆਪਣਾ ਸਾਰੀ ਸੰਗਤ ਵਾਸਤੇ ਇਕੱਠਾ ਹੋਣ ਵਾਸਤੇ 25 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਾ ਆਪਾਂ ਨੇ, ਉਸ ਵਾਸਤੇ ਜ਼ਰੂਰੀ ਬੇਨਤੀਆਂ ਨੇਗੀਆਂ ਨੌਜਵਾਨ ਵੀਰਾਂ ਨੂੰ, ਸਾਰੇ ਹੋਰ ਕਿਸਾਨ ਭਰਾਵਾਂ ਨੂੰ। ਉਹਦੇ ਵਾਸਤੇ ਜ਼ਰੂਰੀ ਬੇਨਤੀਆਂ ਇਹ ਨੇ ਵੀਰੋ, ਵੀ ਜੋ ਨੌਜਵਾਨ ਵੀਰ ਜਾਂ ਹੋਰ ਕਿਸਾਨ ਵੀਰ ਕਿਸੇ ਵੀ ਰਾਜਨੀਤਿਕ ਪਾਰਟੀਆਂ ਦਾ ਸਾਥ ਦੇ ਰਹੀਆਂ ਨੇਗੀਆਂ, ਰਾਜਨੀਤਿਕ ਪਾਰਟੀਆਂ ਦਾ ਇਕੱਠ ਕਰ ਕਰਕੇ ਇਹਦਾ ਵਿਰੋਧ ਕਰਦੀਆਂ ਨੇਗੀਆਂ, ਉਹ ਮਸਲਾ ਵੀਰੋ ਆਪਣਾ ਵਿਗੜ ਜਾਣਾ ਗਾ। ਵਿਗੜ ਤਾਂ ਜਾਣਾ ਗਾ ਕਿਉਂਕਿ ਆਪਾਂ ਅੱਡੋ ਅੱਡ ਹੋ ਗਏ, ਅੱਡੋ ਅੱਡ ਰਾਜਨੀਤਿਕ ਪਾਰਟੀਆਂ ਦੀ ਸੋਚ 'ਤੇ ਚੱਲੇ ਤਾਂ ਉੱਥੇ ਆਪਣਾ ਕੰਮ ਇਹ ਠੀਕ ਨਹੀਂ ਰਹਿਣਾ ਹੈਗਾ। ਇਸ ਕਰਕੇ ਤੁਹਾਨੂੰ ਬੇਨਤੀ ਕਰਨ ਲੱਗਿਆ ਗਾ ਵੀ ਤੁਸੀਂ ਵੀਰੋ ਸਾਰੀ ਇਹ ਜੋ ਇਕੱਠ ਰੱਖਿਆ 25 ਤਰੀਕ ਦਾ ਸੱਦਾ ਦਿੱਤਾ ਬੰਦ ਦਾ, ਉਸ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਵਾਸਤੇ ਕਿਸਾਨ ਯੂਨੀਅਨ ਦੇ ਦੇਣ ਵਾਸਤੇ ਤੁਸੀਂ ਕਿਸਾਨ ਯੂਨੀਅਨ ਦਾ ਝੰਡਾ ਗਾ ਜੋ ਉਸ ਥੱਲੇ ਇਕੱਠਾ ਹੋਣਾ ਪੈਣਾ ਗਾ ਤੁਹਾਨੂੰ, ਜੇ ਅਲੱਗੋ ਅਲੱਗ ਪਾੜ ਲੈਣਗੇ ਇਹ ਜੋ ਰਾਜਨੀਤਿਕ ਪਾਰਟੀ ਵਾਲੇ ਨੇਗੇ, ਕਾਂਗਰਸ ਵਾਲੇ ਅੱਡ ਕਰ ਰਹੇ ਨੇ, ਆਮ ਵਾਲੇ ਅੱਡ ਕਰ ਰਹੇ ਨੇ, ਅਕਾਲੀ ਦਲ ਵਾਲੇ ਅੱਡ ਕਰ ਰਹੇ ਨੇ, ਇਹ ਤਿੰਨੋਂ ਚਾਰੋਂ ਪਾਰਟੀਆਂ ਜਾਂ ਐਰਾ ਵਗੈਰਾ ਹੋਰ ਵੀ ABC ਜੋ ਵੀ ਪਾਰਟੀਆਂ ਨੇਗੀਆਂ, ਇਹ ਤੁਹਾਨੂੰ ਪਾੜਨ ਦੀ ਰਾਜਨੀਤਿਕ ਇੱਕ ਚਾਲ ਆ ਗਈ, ਕਿਉਂਕਿ ਇਹਨਾਂ ਦੀਆਂ ਜੋ ਸਾਂਝਾਂ ਨੇਗੀਆਂ ਵੱਡੇ ਘਰਾਣਿਆਂ ਨਾਲ ਨੇਗੀਆਂ, ਉੱਪਰੋਂ ਜਿਹੜੇ ਜੋ ਵੀ ਤਿੰਨੇ ਪਾਰਟੀਆਂ ਨੇ ਇਹਨਾਂ ਦੀ ਲੀਡਰਸ਼ਿਪ ਜੋ ਉੱਪਰੋਂ ਹੁਕਮ ਆਉਂਦਾ ਗਾ, ਇਹ ਸੈਂਟਰ ਦੀ ਸਰਕਾਰ ਦੇ ਵਿੱਚੋਂ ਇਹਨਾਂ ਨੇ ਉਹਨਾਂ ਮੁਤਾਬਕ ਚੱਲਣਾ ਗਾ, ਉੱਪਰੋਂ ਤੁਹਾਨੂੰ ਉਹਨਾਂ ਦੀਆਂ ਰਾਜਨੀਤੀਆਂ ਕੀ ਪਤਾ ਨੇਗੀਆਂ ਵੀ ਕਿਸ ਤਰ੍ਹਾਂ ਤੁਹਾਨੂੰ ਪਾੜਨ ਦੀਆਂ, ਜੋ ਇਹ ਵੱਡਾ ਜੰਗ ਲੜਨ ਜਾ ਰਹੇ ਹੈਗੇ, ਆਪਣਾ ਵੱਡੇ ਕਾਫਲੇ ਜੁੜ ਰਹੇ ਨੇਗੇ, ਇਹਨਾਂ ਨੂੰ ਪਾੜਨ ਵਾਸਤੇ ਤੁਹਾਨੂੰ ਅੱਡੋ ਅੱਡ ਰਾਜਨੀਤਿਕ ਪਾਰਟੀਆਂ ਨਾਲ ਜੋੜਿਆ ਜਾ ਰਿਹਾ ਹੈਗਾ। ਇਸ ਕਰਕੇ ਵੀਰੋ ਤੁਹਾਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਜਾਂ ਆਪਦੇ ਲੀਡਰ ਨੂੰ ਜੋ ਵੀ ਕਹਿੰਦਾ ਤੁਹਾਨੂੰ, ਉਹਨਾਂ ਨੂੰ ਤੁਸੀਂ ਕਹੋ ਸਮਾਂ ਦੀ ਵੀ ਜੋ ਕਿਸਾਨ ਯੂਨੀਅਨਾਂ ਨੇਗੀਆਂ ਉਹਨਾਂ ਦੇ ਝੰਡੇ ਥੱਲੇ ਇਕੱਠਾ ਕਰਕੇ ਆਪਾਂ ਆਵਾਜ਼ ਬੁਲੰਦ ਕਰੀਏ, ਤਾਂ ਜੋ ਸਾਡਾ ਏਕਾ ਬਣ ਕੇ ਮਜ਼ਬੂਤ, ਅਸੀਂ ਇੱਕ ਆਵਾਜ਼ ਬਣ ਕੇ ਸੈਂਟਰ ਦੀ ਸਰਕਾਰ ਨੂੰ ਮੱਥਾ ਲਾ ਸਕੀਏ। ਮੱਥਾ ਲਾਉਣਾ ਅਲੱਗੋ ਅਲੱਗ ਪਾੜ ਗਏ ਤੁਸੀਂ ਆਪ ਹੀ ਜਾਣਦੇ ਹੋਗੇ ਪਹਿਲਾਂ ਵੀ ਏਕਤਾ ਦੇ ਵਿੱਚ ਬਾਲਾ ਗਾ, ਜੇ ਇਸ ਤਰ੍ਹਾਂ ਆਪਾਂ ਅੱਡੋ ਅੱਡ ਫਾੜ ਦੇ ਰਹੇ ਤਾਂ ਇਹ ਆਪਣੇ ਜੋ ਜੰਗ ਹੈਗੀ ਉਸ ਦੇ ਵਿੱਚ ਥੋੜ੍ਹਾ। ਇਸ ਕਰਕੇ ਜੋ ਕੱਲ੍ਹ ਨੂੰ 25 ਤਰੀਕ ਦਾ ਸੱਦਾ ਰੱਖਿਆ ਗਾ, ਜੋ ਵੀ ਕਿਸਾਨ ਯੂਨੀਅਨਾਂ ਸੱਦਾ ਦੇਣਗੀਆਂ, ਬਜਾਏ ਤੁਸੀਂ ਰਾਜਨੀਤਿਕ ਪਾਰਟੀਆਂ ਦੇ ਨਾਲ ਜਾਣ ਤੋਂ ਉਹਨਾਂ ਨੂੰ ਤੁਸੀਂ ਸਵਾਲ ਕਰੋ ਵੀ ਜੋ ਤੁਹਾਡੇ ਲੀਡਰ ਨੇ ਤੁਹਾਨੂੰ ਲੈ ਕੇ ਜਾਣ ਦਾ ਸੱਦਾ ਦੇ ਰਹੇ ਨੇਗੇ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋਗੇ ਵੀ ਤੁਸੀਂ, ਅਸੀਂ ਕਿਸਾਨ ਦੇ ਪੁੱਤਾਂ, ਕਿਸਾਨ ਯੂਨੀਅਨ ਹੀ ਸਾਡਾ ਇਸ ਵਕਤ ਜੋ ਮੇਨ ਹਿਤੈਸ਼ੀ ਨੇਗੇ, ਉਹੀ ਆਵਾਜ਼ ਉਠਾਉਣਗੇ ਸਾਡੀ, ਉਹਨਾਂ ਨੂੰ ਪਤਾ ਗਾ ਪਹਿਲਾਂ ਜੰਗਾਂ ਜਿੱਤੀਆਂ ਨੇ ਉਹਨਾਂ ਨੇ, ਪਹਿਲਾਂ ਲੜਾਈਆਂ ਲੜੀਆਂ ਨੇਗੀਆਂ, ਉਹਨਾਂ ਨੂੰ ਇਸ ਦੀ ਰੂਪ ਰੇਖਾ ਸਭ ਤਿਆਰ ਕਰਨੀ ਆਉਂਦੀ ਹੈ ਵੀਰੋ। ਇਸ ਕਰਕੇ ਤੁਸੀਂ ਰਾਜਨੀਤਿਕ ਪਾਰਟੀਆਂ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ, ਨਵਜੋਤ ਸਿੰਘ ਸਿੱਧੂ ਨੇ ਅੱਡ ਕਰ ਲਿਆ, ਬੈਂਸ ਹੋਰਾਂ ਨੇ ਕੱਲ੍ਹ ਅਲੱਗ ਕਰ ਲਿਆ, ਯਾਰ ਇਹ ਸਮਝਦਾਰ ਬੰਦੇ ਸੀਗੇ, ਜੇ ਇਹਨਾਂ ਨੂੰ ਦਰਦ ਹੁੰਦਾ ਇਹ ਅਲੱਗੋ ਅਲੱਗ ਕਿਉਂ ਚੱਲ ਰਹੇ ਨੇਗੇ। ਕਲਾਕਾਰ ਲਾ ਲਓ ਤੁਸੀਂ, ਆਪੋ ਆਪਦੀ ਛਵੀ ਬਚਾਉਣ ਵਾਸਤੇ ਜੋ ਰਾਜਨੀਤਿਕ ਪਾਰਟੀਆਂ ਨੇ ਸਿਰਫ 2022 ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਇਕੱਠ ਤਾਂ ਕਰਕੇ ਕਰ ਰਹੀਆਂ ਨੇ, ਤੁਹਾਡੇ ਕੋਈ ਦਿਲ ਇਹਨਾਂ ਦੇ ਤੁਹਾਡੇ ਪ੍ਰਤੀ ਕੋਈ ਦਿਲ ਦੇ ਵਿੱਚ ਦਰਦ ਨਹੀਂ ਹੈਗਾ ਵੀ ਤੁਸੀਂ ਸਮਝ ਲਓ ਵੀ ਸਾਡੇ ਇਹਨਾਂ ਦਾ ਇਹ ਸਾਡੇ ਪ੍ਰਤੀ ਦਰਦ ਰੱਖਦੇ ਨੇਗੇ, ਇਹਨਾਂ ਦੀਆਂ ਉੱਪਰੋਂ ਚਾਲਾਂ ਨੇਗੀਆਂ ਤੁਹਾਨੂੰ ਅੱਡੋ ਫਾਟ ਕਰਨ ਦੀਆਂ। ਤੁਸੀਂ ਆਹ ਮੈਂ ਫੇਸਬੁੱਕ 'ਤੇ ਦੇਖ ਰਿਹਾ ਸੀਗਾ ਕੱਲ੍ਹ ਦਿੱਲੀ ਦੇ ਵਿੱਚ ਜੋ ਕਿਸਾਨ ਕਾਂਗਰਸ ਯੂਥ ਪਾਰਟੀ ਨੇ ਇਕੱਠ ਕੀਤਾ ਸੀਗਾ, ਉਹ ਮੁੰਡੇ ਬੜੇ ਹੁੱਬ ਹੁੱਬ ਕੇ ਕਹਿ ਰਹੇ ਨੇਗੇ ਅਸੀਂ ਜੀ ਕਾਂਗਰਸ ਦੇ ਨਾਲ ਆਏਗੇ, ਕਾਂਗਰਸ ਦੀ ਸਪੋਰਟ ਕਰਦੇ ਹਾਂ, ਕਾਂਗਰਸ ਸਾਡਾ ਉਹ ਕਰੂਗੀ ਵੋ ਕਰੂਗੀ ਦੀ ਆ ਰਹੇ ਹੋਗੇ। ਜੋ ਇਹ ਕੈਪਟਨ ਅਮਰਿੰਦਰ ਸਿੰਘ ਹੈਗਾ ਪਹਿਲਾਂ ਤਾਂ ਇਹੀ ਸਾਈਨ ਕਰਕੇ ਆਇਆ ਹੈਗਾ, ਸਾਈਨ 2022 ਨੂੰ ਛਵੀ ਬਚਾਉਣ ਵਾਸਤੇ, 2022 ਦੀ ਚੋਣ ਲੜਨ ਵਾਸਤੇ ਅੱਜ ਇਹ ਕਹਿ ਰਹੇ ਨੇ ਜੀ ਅਸੀਂ ਕਿਸਾਨ ਦੇ ਹਿਤੈਸ਼ੀ ਹੈਗੇ, ਪਰ ਵੀਰੋ ਨਹੀਂ। ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਗਾ ਵੀ ਕੱਲ੍ਹ ਨੂੰ ਵੱਧ ਤੋਂ ਵੱਧ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਇਕੱਠੇ ਹੋ ਕੇ ਤੁਸੀਂ ਜਿੱਥੇ ਵੀ ਤੁਹਾਨੂੰ ਸੱਦਾ ਦੇਣਗੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਨਹੀਂ, ਤਾਂ ਜੋ ਅੱਡੋ ਅੱਡ ਅਲੱਗੋ ਅਲੱਗ ਜੋ ਕਲਾਕਾਰ ਨੇਗੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇਗੇ ਉਹ ਆਪਣਾ ਇਕੱਠ ਵਧਾਉਣ ਵਾਸਤੇ ਇੱਥੇ ਕੋਈ ਅੱਜ ਆਪਦੀ ਛਵੀ ਬਚਾਉਣ ਵਾਸਤੇ ਇਹ ਇਕੱਠ ਦੀ ਜ਼ਰੂਰਤ ਨਹੀਂ ਹੈਗੀ ਵੀ ਕਿਸੇ ਲੀਡਰ ਮਗਰ ਇਕੱਠੇ ਹੋ ਕੇ ਵਗ ਜਾਓ, ਤੁਸੀਂ ਉਹ ਤੁਹਾਡੇ ਹੱਕ ਦੀ ਗੱਲ ਨਹੀਂ ਕਰਨ ਵਾਸਤੇ ਇਕੱਠ ਕਰ ਰਹੇ ਹੈਗੇ, ਉਹ ਤੁਹਾਨੂੰ ਭਰਮਾ ਕੇ ਇਹਨਾਂ ਕੋਲ ਬਹੁਤ ਵਧੀਆ ਮੌਕਾ ਗਾ ਇਹ ਨੌਜਵਾਨ ਵੀਰਾਂ ਨੂੰ ਮਗਰ ਲਾ ਕੇ
ਆਪਦੀ ਛਵੀ ਹੋਰ ਉੱਚਾ ਕਰਨਾ ਚਾਹੁੰਦੇ ਨੇਗੇ ਵੀ ਅਸੀਂ ਕਿਸਾਨ ਦੇ ਹਤੈਸ਼ੀ ਹਾਂਗੇ। ਉਹ ਕੋਈ ਕਿਸਾਨ ਦੇ ਹਤੈਸ਼ੀ ਨਹੀਂ ਹੈਗੇ, ਸਾਰੇ ਅਲੱਗੋ ਅਲੱਗ ਅੱਡੋ ਅੱਡ ਇਕੱਠ ਕਰ ਰਹੇ ਨੇਗੇ, ਆਪਦੀਆਂ ਛਵੀਆਂ ਬਚਾਉਣ ਵਾਸਤੇ ਕਰ ਰਹੇ ਨੇਗੇ। ਜੇ ਤੁਸੀਂ ਨੇ ਇਹ ਜੰਗ ਜਿੱਤਣੀ ਆ ਵੀਰੋ ਤਾਂ ਕਿਸਾਨ ਯੂਨੀਅਨ ਦਾ ਸਾਥ ਦਿਓ, ਜੋ ਵੀ ਤੁਹਾਡੇ ਏਰੀਏ ਦੇ ਵਿੱਚ ਨੇ। ਮੈਂ ਤਾਂ ਆਹ ਵੀ ਗੱਲ ਕਹਿਣਾ, ਜੋ ਵੀ ਤੁਹਾਡੇ ਕਿਸਾਨ ਯੂਨੀਅਨ ਆਗੂ ਨੇ ਉਹਨਾਂ ਨੂੰ ਵੀ ਕਿਹਾ ਜਾਵੇ, ਆਪਾਂ ਸਵਾਲ ਕਰ ਸਕਦੇ ਹਾਂਗੇ ਯਾਰ ਵੀ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ, ਜੋ ਵੀ ਯੂਨੀਅਨ ਨੇ ਇਹਨਾਂ ਨੂੰ ਭੰਗ ਕਰਕੇ ਇੱਕ ਪ੍ਰਧਾਨ ਬਣਾਓ, ਸਾਰੇ ਪੰਜਾਬ ਦੇ ਲੋਕ ਹੋਣਗੇ ਉੱਥੇ। ਕੱਲ੍ਹ ਨੂੰ ਬਹੁਤ ਵੱਡਾ ਇਕੱਠ ਰੱਖਿਆ ਹੈਗਾ, ਜੋ ਵੀ ਜਿੱਥੇ ਸਾਨੂੰ ਸਾਰੇ ਵੀਰ ਜ਼ਰੂਰ ਪਹੁੰਚੇ ਉੱਥੇ। ਪਰ ਯਾਰ ਆਹ ਥੋੜ੍ਹੀ ਹੈਗਾ ਵੀ ਜੋ ਵੀ ਰਾਜਨੀਤਿਕ ਪਾਰਟੀ ਦਾ ਬੰਦਾ ਖੜ੍ਹਾ ਹੋ ਕੇ ਹਰੇਕ ਆਪਦੀ ਛਵੀ ਬਚਾਉਣ ਵਾਸਤੇ ਕਹਿ ਦਿਓ ਜੀ ਚਲੋ ਚੱਲੀ ਆਪਾਂ ਕਿਸਾਨ ਦੇ ਹਤੈਸ਼ੀ ਹਾਂਗੇ, ਅਸੀਂ ਕਿਸਾਨ ਵਾਸਤੇ ਜੰਗ ਲੜ ਰਹੇ ਹਾਂਗੇ। ਇਹ ਸਭ ਝੂਠ ਨੇਗੇ, ਕੋਈ ਇਹਨਾਂ ਦੀ ਗੱਲ ਦੇ ਵਿੱਚ ਦਮ ਨਹੀਂ ਲੱਗ ਰਿਹਾ। ਤੁਹਾਨੂੰ ਬੜਾ ਦੁੱਖ ਲੱਗਿਆ ਯਾਰ, ਅੱਜ ਕਿਸਾਨ ਦਾ ਪੁੱਤ ਕਿਸਾਨ ਯੂਨੀਅਨਾਂ ਦੇ ਨਾਲ ਨਹੀਂ ਜੁੜ ਰਿਹਾ ਹੈਗਾ, ਅੱਜ ਵੀ ਛੋਟੇ ਛੋਟੇ ਅਹੁਦਿਆਂ ਵਾਸਤੇ ਜਿਹੜੇ ਤੁਹਾਨੂੰ ਇਹ ਇਕੱਠ ਕਰਨ ਵਾਸਤੇ ਇਹ ਉੱਪਰੋਂ ਲੜੀਵਾਰ ਇਹਨਾਂ ਦੀਆਂ ਪਲੈਨਿੰਗਾਂ ਤਹਿਤ ਤੁਹਾਨੂੰ ਬੁਲਾਉਂਦੇ ਨੇਗੇ। ਇਹ ਕਿਵੇਂ ਅਹੁਦੇਦਾਰਾਂ ਨੂੰ ਅੱਗੇ ਸੁਨੇਹੇ ਲਾਉਣੇ ਨੇਗੇ ਵੱਡੇ ਵੱਡੇ, ਉਹ ਜਿਹੜੇ ਤੁਹਾਡੇ ਤੱਕ ਸੁਨੇਹੇ ਪਹੁੰਚਾਉਂਦੇ ਨੇਗੇ ਛੋਟੇ ਛੋਟੇ ਅਹੁਦਿਆਂ ਵਾਲੇ ਲੀਡਰ ਵੀਰੋ, ਉਹ ਆਪਦੇ ਸਿਰਫ ਅਹੁਦੇ ਬਚਾਉਣ ਵਾਸਤੇ ਤੁਹਾਨੂੰ ਇਕੱਠ ਵੱਧ ਤੋਂ ਵੱਧ ਕਰ ਰਹੇ ਨੇ। ਇਹ ਕੋਈ ਰਾਜਨੀਤਿਕ ਪਾਰਟੀਆਂ ਦੇ ਇਕੱਠ ਨਹੀਂ ਹੈਗੇ ਵੀਰੋ, ਇਹ ਸਿਰਫ ਤਾਂ ਸਿਰਫ ਕਿਸਾਨ ਬਚਾਊ ਮੁਹਿੰਮ ਚਲਾਉਣੀ ਪੈਣੀ ਆ। ਕਿਸਾਨ ਬਚੂਗਾ ਤਾਂ ਹੀ ਵੋਟਾਂ ਪਵਾਉਣਗੇ ਇਹ। ਪਰ ਬੜਾ ਦੁੱਖ ਲੱਗਿਆ ਯਾਰ, ਇਹ ਪੰਜਾਬ ਦੇ ਲੀਡਰ ਆਪੋ ਆਪਦੀਆਂ ਛਵੀਆਂ ਬਚਾਉਣ ਵਾਸਤੇ ਅੱਡੋ ਅੱਡ ਇਕੱਠ ਕਰ ਰਹੇ ਨੇ। ਇਸ ਕਰਕੇ ਮੈਂ ਲਾਈਵ ਹੋਇਆਂਗਾ ਤੁਹਾਨੂੰ ਸਮਝਾਉਣ ਵਾਸਤੇ ਜਿੰਨੀ ਕੁ ਮੈਨੂੰ ਮੱਤ ਆ ਗਈ ਵੀ ਤੁਸੀਂ ਵੀਰੋ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਲੀਡਰ ਨਾਲ ਕੱਲ੍ਹ ਨੂੰ ਨਾ ਜਾਇਓ, ਵੱਧ ਤੋਂ ਵੱਧ ਕਿਸਾਨ ਯੂਨੀਅਨਾਂ ਨਾਲ ਜਾਇਓ ਤਾਂ ਜੋ ਸਾਡੀ ਕਿਸਾਨ ਯੂਨੀਅਨ ਦੀ ਆਵਾਜ਼ ਉੱਥੇ ਤੱਕ ਪਹੁੰਚੇ, ਦਿੱਲੀ ਦੇ ਹਾਕਮਾਂ ਤੱਕ ਜਿੱਥੇ ਵੀ ਸਾਨੂੰ ਸੱਦਾ ਦੇਣਗੇ। ਮੈਂ ਤਾਂ ਮੇਰੇ ਵੀਰ ਦੀਪ ਸਿੱਧੂ ਬਹੁਤ ਵਧੀਆ ਆਵਾਜ਼ ਉਠਾ ਰਿਹਾ ਹੈਗਾ, ਬਹੁਤ ਧੰਨਵਾਦ ਕਰਦਾ ਬਾਈ ਜੋ ਆਪਣਾ ਐਕਟਰ ਹੈਗਾ, ਅਤੇ ਨਾਲ ਲੱਖਾ ਸਧਾਣਾ ਗਾ ਜੋ ਵੀ ਹੋਰ ਕਲਾਕਾਰ ਨੇਗੇ, ਵੱਧ ਤੋਂ ਵੱਧ ਇਕੱਠ ਕਰਕੇ ਵੀਰੋ ਤੁਸੀਂ ਕਿਸਾਨ ਯੂਨੀਅਨ ਦਾ ਸਾਥ ਦਿਓ ਤਾਂ ਜੋ ਸਾਡੀ ਇਹ ਜੋ ਲੜਾਈ ਹੈਗੀ ਇਹ ਸਿਰੇ ਚੜ੍ਹ ਸਕੇ। ਇਹਨਾਂ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡੋ, ਮੈਂ ਤਾਂ ਇੰਨੀਆਂ ਬਾਕੀ ਕੱਲ੍ਹ ਨੂੰ ਹੁੰਦੇ ਹਾਂਗੇ ਲਾਈਵ, ਕੱਲ੍ਹ ਨੂੰ ਦੇਖਦੇ ਹਾਂਗੇ ਕੀ ਬਣਦਾ ਗਾ। ਸਾਰਿਆਂ ਨੂੰ ਆਸਾਂ ਨੇਗੀਆਂ, ਨੌਜਵਾਨ ਵੀਰਾਂ ਨੂੰ ਵੀ ਪਤਾ ਨਹੀਂ ਕੱਲ੍ਹ ਨੂੰ ਕੀ ਬਣੂਗਾ। ਬਣਨਾ ਵੀਰੋ ਤਾਂ ਕਰਕੇ ਹੈਗਾ ਜੇ ਤੁਸੀਂ ਅਲੱਗੋ ਅਲੱਗ ਹਰੇਕ ਪਾਰਟੀ ਨਾਲ ਜਾਂਦੇ ਰਹੇ, ਇਹ ਜੰਗ ਜਿੱਤਣੀ ਸੌਖੀ ਨਹੀਂ ਹੈਗੀ, ਜਿੱਤਣੀ ਤਾਂ ਸੌਖੀ ਨਹੀਂ ਹੈਗੀ ਕਿਉਂਕਿ ਜੋ ਕਾਂਗਰਸ ਪਾਰਟੀ ਹੈਗੀ ਉਹਦੀ ਹਾਈਕਮਾਂਡ ਬੈਠੀ ਹੈ ਦਿੱਲੀ ਦੇ ਵਿੱਚ, ਜੋ ਅਕਾਲੀ ਦਲ ਵਾਲੇ ਨੇਗੇ ਇਹਨਾਂ ਤਾਂ ਤੁਸੀਂ ਛੱਡ ਹੀ ਦਿਓ, ਅਸਤੀਫੇ ਦੇਣਾ ਇਹਨਾਂ ਦਾ ਢਕਵਾਂਜ ਰਚਿਆ ਹੋਇਆ ਸਾਰਾ ਆਪਦੀ ਛਵੀ ਨੂੰ ਬਚਾਉਣ ਵਾਸਤੇ 2022 ਦੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਸਿਰਫ ਪਿੰਡਾਂ ਦੇ ਵਿੱਚ ਵੜਨ ਦੀ ਅਸਤੀਫਾ, ਜੋ ਇਹਨਾਂ ਨੇ ਸਿਰਫ ਪਿੰਡਾਂ ਦੇ ਵਿੱਚ ਵੜਨ ਦਾ ਇੱਕ ਜ਼ਰੀਆ ਲੱਭਿਆ ਗਾ ਵੀ ਅਸੀਂ ਪਿੰਡਾਂ ਦੇ ਵਿੱਚ ਇੱਕ ਗੱਲ ਕਹਿੰਦੇ ਹੋ ਜੀ ਅਸੀਂ ਕਿਸਾਨ ਹਤੈਸ਼ੀ ਹਾਂਗੇ ਵੀ ਇਸ ਨੂੰ ਸਾਡੇ ਜੋ ਕਿਸਾਨ ਉਹ ਆਪਣੇ ਬਿੱਲ ਆਇਆ ਗਾ ਉਸ ਨੂੰ ਗਲਤ ਠਹਿਰਾਉਣ ਵਾਸਤੇ ਅਸੀਂ ਅਸਤੀਫਾ ਦਿੱਤਾ ਜੀ ਕਿਸਾਨ ਦੇ ਹਤੈਸ਼ੀ ਹਾਂਗੇ, ਇਹ ਬਿਲਕੁਲ ਗਲਤ ਹੈਗਾ। ਜੋ ਅੱਡੋ ਅੱਡ ਰਾਜਨੀਤਿਕ ਪਾਰਟੀਆਂ ਨੇਗੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਗਾ ਜੇ ਕੋਈ ਵੀਰ ਸੁਣਦਾ ਹੋਵੇ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਸੁਣਦਾ ਹੋਵੇ ਵੀ ਤੁਸੀਂ ਇਹ ਆਪੋ ਆਪਦੀਆਂ ਛਵੀਆਂ ਨੂੰ ਨਾ ਬਚਾਓ, ਛਵੀਆਂ ਤੁਹਾਡੀਆਂ ਹੋਰ ਮੁੱਦਿਆਂ 'ਚ ਬਣ ਜਾਣਗੀਆਂ। ਜੋ ਤੁਸੀਂ ਕਿਸਾਨ ਯੂਨੀਅਨ ਦਾ ਇਕੱਠ ਘੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋਗੇ ਇਹਨਾਂ ਨੂੰ ਨਾਕਾਮ ਇਕੱਠਾਂ ਨੂੰ ਨਾਕਾਮ ਕਰਨ ਵਾਸਤੇ ਜੋ ਚਾਲਾਂ ਤੁਸੀਂ ਤੁਹਾਡੀਆਂ ਹਾਈਕਮਾਂਡ ਤੁਹਾਡੇ ਆਕਾ ਦਿੰਦੇ ਨੇ ਦਿੱਲੀ ਤੋਂ ਬੈਠੇ ਉਹਨਾਂ ਨੂੰ ਫਲੋਪ ਕਰਨ ਵਾਸਤੇ ਸਾਡੇ ਕਿਸਾਨ ਯੂਨੀਅਨਾਂ ਦੇ ਕਰਨ ਵਾਸਤੇ ਤੁਹਾਡੇ ਜੋ ਇਹ ਨੇਗੇ ਇਕੱਠ ਨੇਗੇ ਇਹਨਾਂ ਨੂੰ ਅੱਡੋ ਅੱਡ ਪਾੜ ਰਹੇ ਨੇਗੇ। ਇਹ ਤੁਹਾਨੂੰ ਸਮਝਣਾ ਚਾਹੀਦਾ, ਅੱਜ ਕੱਲ੍ਹ ਯਾਰ ਤੁਸੀਂ ਸਮਝਦਾਰ ਬੰਦੇ ਹੋਗੇ, ਨੌਜਵਾਨ ਵੀਰ ਪੜ੍ਹੇ ਲਿਖੇ ਨੇਗੇ, ਪਹਿਲਾਂ ਬਥੇਰੇ ਜਾਂਦੇ ਹੈਗੇ ਆਪਾਂ ਕਿਤੇ ਨਹੀਂ ਰੋਕਦੇ, ਚਲੋ ਅਲੱਗੋ ਅਲੱਗ ਪਾਰਟੀਆਂ ਦੀਆਂ ਅਲੱਗੋ ਅਲੱਗ ਸੋਚ ਹੁੰਦੀ ਹੈਗੀ, ਅਲੱਗੋ ਅਲੱਗ ਰਾਜਨੀਤਿਕ ਪਾਰਟੀਆਂ ਦੇ ਆਪੋ ਆਪਣੇ ਏਜੰਡੇ ਹੁੰਦੇ ਨੇਗੇ, ਉਹਨਾਂ ਮੁਤਾਬਕ ਇਕੱਠ ਵੀ ਕਰਦੇ ਨੇਗੇ, ਰਾਜਨੀਤਿਕ ਰੈਲੀਆਂ ਵੀ ਕਰਦੇ ਨੇਗੇ। ਪਰ ਇਹ ਵਕਤ ਆ ਜਿਹੜਾ ਇਹ ਕੋਈ ਰਾਜਨੀਤਿਕ ਪਾਰਟੀਆਂ ਦਾ ਪੱਖ ਪੂਰਨ ਦਾ ਨਹੀਂ ਹੈਗਾ, ਉਹਨਾਂ ਪਿੱਛੇ ਉਹਨਾਂ ਦੀ ਛਵੀ ਬਚਾਓ। ਜੇ ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜਾਂਦੇ ਹੋਗੇ ਤਾਂ ਤੁਸੀਂ ਕਿਸਾਨ ਵਿਰੋਧੀ ਮੰਨੇ ਜਾਓਗੇ, ਜੋ ਕੱਲ੍ਹ ਨੂੰ ਇਹ ਤੁਹਾਨੂੰ ਸਮਾਂ ਪੈ ਕੇ ਪਤਾ ਲੱਗਣੀਆਂ ਨੇ ਗੱਲਾਂ, ਜੋ ਇਹ ਲੀਡਰ ਨੇਗੇ ਇਹ ਤੁਹਾਡੀਆਂ ਜੋ ਕੋਸ਼ਿਸ਼ਾਂ ਨੇ ਉਹਨਾਂ ਨੂੰ ਕਿਵੇਂ ਨਾਕਾਮ ਕਰਨਗੇ। ਕਮੈਂਟ ਪੜ੍ਹਦਾ ਗਾ ਵੀਰਾਂ ਦੇ, ਜੋ ਧੰਨਵਾਦ ਕਰਦਾ ਜਿਹੜੇ ਵੀਰ ਮੇਰੇ ਨਾਲ ਜੁੜੇ ਨੇਗੇ, ਅਮਨਦੀਪ ਧਾਲੀਵਾਲ, ਜਸਵੰਤ ਚੀਮਾ ਜੀ, ਜੋਬਨ ਬੈਣੀਪਾਲ, ਹੋ ਵੀ ਜੋ ਜੁੜੇ ਨੇਗੇ ਅੱਗੇ ਤੋਂ ਅੱਗੇ ਸ਼ੇਅਰ, ਜੋ ਤੁਹਾਡੀ ਮਰਜ਼ੀ ਹੋਈ ਜੇ ਗੱਲ ਦੇ ਵਿੱਚ ਕੁਛ ਦਮ ਲੱਗਿਆ ਤਾਂ ਅੱਗੇ ਸ਼ੇਅਰ ਕਰ ਦਿਓ ਵੀਰੋ। ਬਾਕੀ 25 ਤਰੀਕ ਨੂੰ ਕੱਲ੍ਹ ਨੂੰ ਹਮ ਹਮਾ ਕੇ ਪਹੁੰਚੋ, ਤੁਹਾਡੀ ਹੋਣ ਦਾ ਮਸਲਾ ਹੈਗਾ ਇੱਥੇ ਕਿਸੇ
ਪਾਰਟੀ ਦਾ ਮਸਲਾ ਨਹੀਂ ਹੈਗਾ ਵੀ ਕਿਸੇ ਨੂੰ ਆਪਾਂ ਅੱਗੇ ਵੋਟਾਂ 'ਚ ਵਿੱਚ ਕੀ ਦੇਖਣਾ ਗਾ ਜਾਂ ਕੀ ਕਰਨਾ ਗਾ, ਉਹਨਾਂ ਦੇ ਇਕੱਠ ਕਿੱਦਾਂ ਹੋਣਗੇ ਜਾਂ ਉਹਨਾਂ ਦੀਆਂ ਅੱਗੇ ਸਰਕਾਰਾਂ ਬਣਨੀਆਂ ਜੇ ਨਾ ਬਣਨੀਆਂ ਨੇਗੀਆਂ, ਕਿਸੇ ਨੂੰ ਆਪਾਂ ਸਰਕਾਰ ਨੂੰ ਨਹੀਂ ਭੰਡਦੇ ਹੈਗੇ। ਸਾਰੀਆਂ ਪਾਰਟੀਆਂ ਤਿੰਨੋਂ ਚਾਰੋਂ ਜੋ ਵੀ ਪਾਰਟੀਆਂ ਨੇਗੀਆਂ, ਆਮ ਆਦਮੀ, ਅਕਾਲੀ ਦਲ, ਬੀ ਜੇ ਪੀ ਵਾਲੇ ਨੇ ਤਾਂ ਸਾਡਾ ਕਿੱਥੇ ਸਾਥ ਦੇਣਾ, ਸੋਰੀ ਯਾਰ। ਹੋਰ ਵੀ ਜੋ ਤਿੰਨੇ ਚਾਰੇ ਪਾਰਟੀਆਂ ਸਾਡੇ ਉਹਦੇ ਵਿੱਚ ਨੇ, ਬੈਂਸ ਬ੍ਰਦਰਸ, ਚੱਲ ਕੱਲ੍ਹ ਉੱਥੇ ਦਿੱਲੀ ਦੇ ਵਿੱਚ ਗਏ, ਉਹਨਾਂ 'ਤੇ ਵੀ ਬਹੁਤ ਤਸ਼ੱਦਦ ਢਾਇਆ ਗਿਆ, ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਉਹਨਾਂ ਨੂੰ ਵੀ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਕਰਕੇ ਵੀਰੋ ਸਾਰਿਆਂ ਨੂੰ ਕਹਿੰਦੇ ਹਾਂ ਕਿ ਜੋ ਲੀਡਰ ਨੇਗੇ ਇਕੱਲੇ ਇਕੱਲੇ ਮਾਰ ਖਾਣਗੇ, ਪਤਾ ਨਹੀਂ ਕੀ ਗੱਲ ਯਾਰ, ਇਹ ਕਾਹਦੇ ਵਾਸਤੇ ਆਪਣੇ ਆਪਣੇ ਇਕੱਠ ਕਰ ਰਹੇ ਨੇਗੇ, ਕੀ ਕੀ ਕਰਨਾ, ਕੀ ਦਿਖਾਉਣਾ ਚਾਹੁੰਦੇ ਨੇ ਜਨਤਾ ਨੂੰ, ਕੀ ਗੱਲ ਇਹ ਸਾਡੇ ਇਕੱਠਾਂ ਦੇ ਵਿੱਚ ਨਹੀਂ ਆ ਸਕਦੇ? ਜਦੋਂ ਅਸੀਂ ਇਹਨਾਂ ਦੇ ਇਕੱਠਾਂ ਦੇ ਵਿੱਚ ਜਾ ਸਕਦੇ ਹਾਂਗੇ, ਇਹ ਸਾਡੇ ਇਕੱਠਾਂ ਦਾ ਹਿੱਸਾ ਕਿਉਂ ਨਹੀਂ ਬਣ ਸਕਦੇ? ਇਸ ਲਹਿਰ ਨੂੰ ਹੋਰ ਵੀ ਹੁਲਾਰਾ ਮਿਲੇ ਜੇ ਇਹ ਲੀਡਰ ਸਾਡੇ ਇਕੱਠਾਂ ਦੇ ਵਿੱਚ ਆਉਣ, ਸਾਨੂੰ ਵੀ ਪਤਾ ਲੱਗੇ ਵੀ ਕੌਣ ਕੌਣ ਲੀਡਰ ਨੇਗੇ। ਦੇਖੋ ਮੈਨੂੰ ਤਾਂ ਬਹੁਤ ਘੱਟ ਲੀਡਰ ਦੇਖਣ ਨੂੰ ਮਿਲੇ ਜੋ ਕਿਸਾਨ ਯੂਨੀਅਨਾਂ ਦੇ ਧਰਨਿਆਂ ਦੇ ਵਿੱਚ ਗਏ, ਕੀ ਗੱਲ ਕਿਉਂ ਨਹੀਂ ਗਏ? ਅੱਜ ਤੁਸੀਂ ਜੇ ਕਿਸਾਨ ਦੇ ਹਿਤੈਸ਼ੀ ਹੋਗੇ, ਤੁਸੀਂ ਆਪਣੇ ਯੂਨੀਅਨਾਂ ਦੇ ਇਕੱਠਾਂ ਦੇ ਵਿੱਚ ਕਿਉਂ ਨਹੀਂ ਜਾ ਰਹੇ ਹੈਗੇ? ਇਹ ਤੁਹਾਨੂੰ ਗੱਲ ਪੁੱਛਣਾ ਚਾਹਾਂਗੇ। ਸਾਡੇ ਨੌਜਵਾਨ ਵੀਰਾਂ ਨੂੰ ਤੁਸੀਂ ਬਹਿਲਾ ਕੇ ਆਪੋ ਆਪਣੀਆਂ ਪਾਰਟੀਆਂ ਦੇ ਜੋ ਰੈਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਲੈ ਜਾ ਰਹੇ ਹੋ, ਹਾਲੇ ਵੀ ਯਾਰ ਤੁਸੀਂ ਇਹ ਗੰਦੀ ਰਾਜਨੀਤੀ ਕਰ ਰਹੇ ਹੋਗੇ, ਹਾਲੇ ਵੀ ਤੁਸੀਂ ਇਸ ਗੰਦੀ ਰਾਜਨੀਤੀ ਕੋਲ ਆਵਾਜ਼ ਨਹੀਂ ਆ ਰਹੇ ਹੈਗੇ। ਹੁਣ ਤਾਂ ਸ਼ਰਮ ਕਰ ਲਓ, ਤੁਸੀਂ ਸੋਢੀ ਹੋਣ ਦਾ ਮਸਲਾ ਗਾ, ਅੱਡੋ ਅੱਡ ਪਾਰਟੀਆਂ ਨੇ ਚੱਕ ਲਿਆ ਮੁੱਦਾ, ਹਰੇਕ ਆਪੋ ਆਪਦੇ ਲੇਵਲ 'ਤੇ ਜੀ। ਉਹ ਕੱਲ੍ਹ ਸਿੱਧੂ ਮੂਸੇਵਾਲਾ ਕਹਿੰਦਾ ਜੀ ਮੈਂ ਆਪਦੇ ਲੇਵਲ 'ਤੇ ਇਕੱਠ ਕਰੂੰਗਾ ਮਾਨਸਾ ਦੇ ਵਿੱਚ, ਕੀ ਗੱਲ ਬਾਈ? ਤੂੰ ਕਿਸਾਨ ਯੂਨੀਅਨ 'ਚ ਨਹੀਂ ਜਾ ਸਕਦਾ? ਕਿ ਤੇਰੀ ਇਮੇਜ ਘੱਟਦੀ ਹੈ ਕਿ ਵੀ ਮੈਂ ਅਲੱਗ ਦਿਖਾਉਣਾ ਚਾਹੁੰਦਾ ਗਾ ਵੀ ਮੇਰੇ ਮਗਰ ਇਕੱਠ ਕਿੰਨਾ ਗਾ? ਉਹ ਬਸ ਵੀਰਿਆ ਰਹਿਣ ਦੇ, ਹੋਰ ਨੂੰ ਵੀ ਕਹਿੰਦੇ ਹਾਂਗੇ। ਤੁਸੀਂ ਆਪੋ ਆਪਦੀਆਂ ਛਵੀਆਂ ਬਚਾਉਣ ਵਾਸਤੇ ਕਿਸਾਨ ਦੇ ਪਿੱਠ ਦੇ ਵਿੱਚ ਛੁਰਾ ਮਾਰੋਗੇ? ਕਿਸਾਨ ਦੇ ਪਿੱਠ ਦੇ ਵਿੱਚ ਛੁਰਾ ਨਹੀਂ ਮਾਰੋਗੇ। ਆਹ ਮਾਨਸਾ ਦੇ ਵਿੱਚ ਮੈਂ ਇਕੱਠ ਕਰੂੰਗਾ ਜੀ, ਹੋਰ ਵੀ ਜਿਹੜੇ ਵੀਰ ਨੇ ਮੇਰੇ, ਸਾਰੇ ਵੀਰਾਂ ਨੂੰ ਬੇਨਤੀ ਕਰਦਾਂਗਾ ਵੀ ਸਾਰੇ ਕਿਸਾਨ ਯੂਨੀਅਨ ਦਾ ਸਾਥ ਦਿਓ ਬਾਈ, ਨਾ ਕਿ ਤੁਸੀਂ ਇਕੱਲੇ ਇਕੱਲੇ ਹੋ ਕੇ ਚਲੋ। ਸਾਡੀ ਇਹ ਲਹਿਰ ਆ ਜੋ ਇਹਨੂੰ ਨਾ ਪਾੜੋ, ਇਸ ਲਹਿਰ ਨੂੰ ਕੱਲ੍ਹ ਨੂੰ 25 ਤਰੀਕ ਨੂੰ ਹੁੰਮ ਹੁਮਾ ਕੇ ਪਹੁੰਚਣਾ ਮੇਰੇ ਵੀਰਾਂ ਨੇ, ਇੱਕ ਇੱਕ ਘਰ ਦਾ, ਜੋ ਵੀ ਘਰ ਕਰਦਾ ਜੇ ਘਰੇ ਨਹੀਂ ਸਰਦਾ ਉਹਨੂੰ ਛੱਡ ਕੇ ਆਇਓ, ਜੋ ਜਿੱਥੇ ਤੱਕ ਆ ਸਕਦੇ ਹੋ ਕਿ ਤੁਸੀਂ ਸਾਰੇ ਆਉਣ ਦੀ ਕਿਰਪਾਲਤਾ ਕਰਨੀ ਵੀਰ ਜੀ। ਸਾਰੇ ਬਾਈਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ, ਕੱਲ੍ਹ ਨੂੰ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।